ਪਹਿਲੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਸਾਨੂੰ। ਹੰਸਰਾਜ ਆਹੂਜਾ। ਹੰਸਰਾਜ ਆਹੂਜਾ, ਹਾਂਜੀ ਜੀ। ਲਾਲਾ ਜੀ ਦਾ ਨਾਮ? ਉਹਨਾਂ ਦਾ ਨਾਮ ਬਹਾਲੀ ਰਾਮ ਜੀ। ਕਿਆ ਕਾਰੋਬਾਰ ਕਰਦੇ ਆ? ਕਾਰੋਬਾਰ ਸਾਡਾ ਕੱਪੜੇ ਦਾ ਵੀ ਸੀ ਜੀ, ਔਰ ਭਾਈ ਹਮ ਛੋਟੇ ਸੇ ਜੀ, ਹੋਰ ਲੋਕਾਂ ਨੂੰ ਕਾਰੋਬਾਰ ਖੋਲ੍ਹ ਕੇ ਦੇਈ ਸੀ। ਅੱਛਾ। ਵੀ ਕਰਿਆਨੇ ਦੁਕਾਨ ਬਣਾ ਲਈ ਸੀ, ਇੱਕ ਨੂੰ ਲੋਹੇ ਦਾ ਸਮਾਨ ਦੇ ਦਿੱਤਾ, ਇੱਕ ਨੂੰ ਚੂੜੀਆਂ ਦੇ ਦਿੱਤੀਆਂ। ਰਿਸ਼ਤੇਦਾਰਾਂ ਨੂੰ ਮਤਲਬ ਹੈ ਕਿ ਚਲੋ ਬਈ ਪਾਰਟਨਰਸ਼ਿਪ 'ਚ ਬਈ ਤੁਸੀਂ ਕੰਮ ਕਰਦੇ ਰਹੋ ਜੀ। ਜਿਹੜਾ ਘਰ ਹੁੰਦਾ ਜੀ ਉਹ ਕਿੰਨਾ ਵੱਡਾ ਹੈ, ਕਿੰਨੇ ਕਮਰੇ ਹਨ? ਕਮਰੇ ਸਾਡੇ 5-6 ਕਮਰੇ ਸੀ। ਇੱਕ ਹਵੇਲੀ ਮਾਰੀ, ਇੱਕ ਟੀਲਾ ਸੀ, ਟੀਲੇ ਕੇ ਉੱਪਰ ਸੀ। ਅੱਛਾ। ਉਹ ਟੀਲਾ ਕਾਫੀ ਉੱਚਾ ਥਾ, ਉਸਕੇ ਉੱਪਰ ਰਹਿਣ ਸਹਿਣ ਇਸ ਵਾਸਤੇ ਨਹੀਂ ਹੋ ਸਕਿਆ ਕਿਉਂਕਿ ਜਿਤਨੀ ਵੀ ਹਮਾਰੀ ਬਹਿਣ ਹੋਈ ਨਾ, ਉਹ 4-6 ਮਹੀਨੇ ਜੀਵੀ ਜਾਂ ਕੋਈ 2 ਮਹੀਨੇ ਜੀਵੀ, ਮਾਂ ਵੀ ਹਮਾਰੀ ਵਹੀਂ ਪਰ ਮਰ ਗਈ। 2 ਭਾਬੀਆਂ ਆਈ, ਮੇਰੇ ਭਾਈ ਕੋਈ ਸ਼ਾਦੀ ਕਰੀ, ਇੱਕ ਹੀ ਕਰੀ, ਦੂਸਰੇ ਕੀ ਕਰੀ, ਉਹ ਵੀ 1-6 ਮਹੀਨੇ ਜੀਵੀ, ਦੂਸਰੀ ਸਾਲ ਕੇ ਭਰ ਜੀਤੀ ਰਹੀ, ਉਸਕੇ ਬਾਅਦ ਉਸਕਾ ਸੁਰਗਵਾਸ ਵੀ ਹੋ ਗਿਆ। ਇਸਕੇ ਬਾਅਦ ਫਿਰ ਤੀਸਰੀ ਸ਼ਾਦੀ ਕਰੀ ਉਸਕੀ। ਬਸ ਇਸ ਤਰੀਕੇ ਸੇ ਹਮਾਰੀ ਫੈਮਿਲੀ ਜੋ ਹੈ ਵਹਾਂ ਜੁੜ ਗਈ। 2 ਭਾਈਓਂ ਕੇ ਸ਼ਾਦੀਆਂ ਵੀ ਵਹੀਂ ਪੇ ਹੋਈ। ਇਸਕੇ ਬਾਅਦ ਜੇ 47 ਕਾ ਜੋ ਇਹ ਝਗੜਾ ਜੋ ਚਲਾ। ਕੋਈ ਨਹੀਂ, 47 ਦੇ ਆਪਾਂ ਬਾਅਦ ਵਿੱਚ ਵੇਸੂ। ਪਹਿਲੇ ਇਹ ਦੱਸੋ, ਤੁਹਾਨੂੰ ਯਾਦ ਸੀ ਬਈ ਕਿੰਨੇ ਸਾਲ ਦੇ ਹਾਵੇ ਜਿਲ੍ਹੇ ਬਟਵਾਰਾ ਹੋਇਆ? 15 ਦਾ। ਮਤਲਬ ਜਨਮ ਤੁਹਾਡਾ ਹੋ ਗਿਆ ਕਿਹੜੇ ਸਾਲ ਦਾ? 32 ਦਾ। 1932 ਦਾ? ਹਾਂਜੀ ਜੀ। ਕਿਹੜੇ ਸਕੂਲ ਵਿੱਚ ਪੜ੍ਹਦੇ ਆ ਉੱਥੇ? ਗੌਰਮੈਂਟ ਸਕੂਲ ਇਹ ਕੀ ਥਾ, ਉਹ ਮਿਡਲ ਕਲਾਸ ਤੱਕ। ਅੱਛਾ। ਏਰੀਆ ਕਿਹੜਾ? ਏਰੀਆ ਕੋਈ ਨਹੀਂ ਦੱਸੋ ਤੁਸੀਂ, ਇਲਾਕਾ? ਇਲਾਕਾ ਮਤਲਬ ਉਹ ਜਿਹੜਾ ਤੁਸੀਂ ਦੱਸਦੇ ਪਏ ਬਈ ਲਾਇਲਪੁਰ ਦਾ ਇਲਾਕਾ ਹੈ ਨਾ? ਨਹੀਂ, ਲਾਇਲਪੁਰ ਤੋਂ ਸਾਡੇ ਤੋਂ ਬਹੁਤ ਦੂਰ ਸੀ। ਤੁਹਾਡਾ ਇਲਾਕਾ ਕਿਹੜਾ ਹੈ? ਸਾਡਾ ਇਲਾਕਾ ਤਾਂ ਦੱਸਿਆ ਨਾ ਤੁਹਾਨੂੰ, ਲਾਹੌਰ ਤੋਂ ਇਹ ਜਾਂਦੀ ਸੀ ਜੇੜਾਂ ਵਾਲੀ ਸੜਕ। ਜੜਾਂ ਵਾਲਾ? ਹਾਂਜੀ, ਜੇੜਾਂ ਵਾਲਾ ਤਹਿਸੀਲ ਸੀ ਲਾਇਲਪੁਰ ਦੀ। ਠੀਕ ਹੈ। ਉਹ ਵੀ 12 ਮੀਲ ਸਾਡੇ ਤੋਂ ਦੂਰ ਸੀ। ਅਤੇ ਰਸਤੇ ਵਿੱਚ ਇਹ ਕਸਬਾ ਪੈਂਦਾ ਸੀ, ਅੱਡਾ ਸੀ ਬੜਾ, ਇੱਕ ਬੱਸਾਂ ਬੁੱਸਾਂ ਰੁਕਣ ਦਾ, ਇਸ ਤਰ੍ਹਾਂ ਕਰਕੇ ਉੱਥੇ ਮਤਲਬ ਅਸੀਂ ਰਹਿੰਦੇ ਸੀ। ਕਿੰਦਾ? ਤੁਹਾਡੇ ਕਸਬੇ ਦਾ? ਬੁੱਚੇ ਕੀ? ਬੁੱਚੇ ਕੀ? ਹਾਂਜੀ। ਸ਼ੇਖੂਪੁਰਾ ਪੈਂਦਾ? ਸ਼ੇਖੂਪੁਰਾ ਜ਼ਿਲ੍ਹਾ ਸੀ। ਸ਼ੇਖੂਪੁਰਾ ਤਹਿਸੀਲ ਜੋ ਸੀ ਉਹ ਨਨਕਾਣਾ ਸਾਹਿਬ ਸੀ। ਅੱਛਾ। ਤੇ ਕਿਹੜੀ ਕਲਾਸ ਤੱਕ ਪੜ੍ਹਿਆ ਵੇ? 8ਵੀਂ ਤੱਕ ਸਮਝੋ, 8ਵੀਂ ਕੇ ਬੀਚ ਮੇਂ ਆਉਣਾ ਪੜਾ। ਅੱਛਾ। ਬੀਚ ਮੇਂ ਛੋੜ ਕੇ। ਕੁਛ ਯਾਦ ਹੈ ਜਿਹੜਾ ਉੱਥੇ ਮਾਸਟਰ ਪੜ੍ਹੇਂਦਾ ਜਾਂ ਕਾਜ਼ੀ ਪੜ੍ਹੇਂਦਾ? ਦੋ ਕੁ ਮਾਸਟਰ ਨਾਂ ਯਾਦ ਹੈ, ਬਾਕੀ ਸਭ ਖਤਮ ਹੋ ਗਏ ਜੀ। ਦੱਸੋ ਜ਼ਰਾ। ਇੱਕ ਤੋਂ ਮਾਸਟਰ ਤਾਰਾ ਚੰਦ ਸੇ ਜੋ ਹੈਡ ਮਾਸਟਰ ਸੇ। ਅੱਛਾ। ਔਰ ਇੱਕ ਮਾਸਟਰ ਗੰਗਾ ਰਾਮ ਸੇ। ਇੱਕ ਸੁਖਦੇਵ ਜੀ ਵੀ ਸੀ, ਉਹ ਮੈਨੂੰ ਯਾਦ ਆ ਗਿਆ। ਅੱਛਾ। ਹਾਂ, ਇਸ ਤਰ੍ਹਾਂ ਕਰਕੇ ਬਾਕੀ ਤੋਂ ਨਾਮ ਜਾਪ ਯਾਦ ਨਹੀਂ ਰਹੇ ਬੋਲ ਪਾ ਰਹੇ। ਕੋਈ ਯਾਰਾਂ ਦੋਸਤਾਂ ਬੇਲੀਆਂ ਦਾ ਨਾਮ ਯਾਦ ਹੈ? ਕਿਸੇ ਬੇਲੀਆਂ ਦਾ ਨਾਂ ਨਹੀਂ ਯਾਦ, ਆਪਣੇ ਰਿਸ਼ਤੇਦਾਰੀ ਵਿੱਚ ਹੀ ਹੈਗੇ ਸਨ ਜੋ ਕਲਾਸ ਫੈਲੋ ਸਨ। ਅੱਛਾ ਅੱਛਾ। ਉਹ ਮਾਮੇ ਕਾ ਲੜਕਾ ਸਾ ਇੱਕ, ਔਰ ਇਸ ਤਰ੍ਹਾਂ ਕਰਕੇ। ਸਕੂਲ ਦਾ ਨਾਮ ਦੱਸੋ ਤੁਸੀਂ? ਹਿੰਦੂ ਹਾਈ? ਨਹੀਂ, ਕਿਹੜਾ ਸਕੂਲ ਦਾ ਨਾਮ ਦੱਸੋ ਤੁਸੀਂ? ਗਵਰਨਮੈਂਟ ਸਕੂਲ। ਉਸ ਸਕੂਲ ਦੇ ਆਸੇ ਪਾਸੇ ਕੋਈ ਮੰਦਰ, ਮਸਜਿਦ, ਗੁਰਦੁਆਰਾ? ਇੱਕ ਪੀਰ ਦੀ ਮਜ਼ਾਰ ਸੀ ਇੱਕ। ਅੱਛਾ। ਮਜ਼ਾਰ ਵੀ ਕਿਹਾ ਜੇ ਮਜ਼ਾਰ, ਅੱਜ ਕੱਲ੍ਹ ਇਹ ਤਾਂ ਬਣਾਉਂਦੇ ਨਾ ਛੋਟੀ ਜਿਹੀ ਮਤਲਬ ਹੈ। ਹਾਂਜੀ। ਉਹ ਕਮ ਸੇ ਕਮ ਵੀ ਮੇਰੇ ਖਿਆਲ 100 ਫੁੱਟ ਉੱਚੀ ਸੀ। ਅੱਛਾ। ਉਹ ਬਣਾ ਹੋਇਆ ਥਾ ਇੱਕ ਤਬੂਰ ਸਾ ਉੱਚਾ ਸਾ, ਅਸੀਂ ਉੱਪਰ ਦੇ ਗਏ ਸਿੱਧੇ। ਉਸਕੇ ਅੰਦਰ ਮਜ਼ਾਰ ਮੌਜੂਦ ਸੀ ਕੋਈ, ਮਤਲਬ ਉਹ ਸਕੂਲ ਕੇ ਅੰਦਰ, ਉਸਕੇ ਅੰਦਰ ਹੀ ਸੀ ਉਹ। ਅੱਛਾ। ਅਤੇ ਸਕੂਲ ਵਿੱਚ ਕਿਹੜੀ ਕਿਆ ਕਿਆ ਪੜ੍ਹੇਂਦੇ ਹਨ ਉਹ ਵੇਲੇ? ਉਸ ਵੇਲੇ ਤਾਂ ਉਰਦੂ ਸੀ। ਅੱਛਾ। ਉਰਦੂ ਕੇ ਬਾਅਦ ਫਿਰ ਮੇਰੇ ਖਿਆਲ ਮੈਂ 5-4 ਸਾਲ ਪਹਿਲੇ ਹੀ
ये इंग्लिश वहाँ चालू हुई। अच्छा, पहली पहली बार जब इंग्लिश चालू हुई तो मैंने ज़िद किया कि भाई घर वालों से, मैं तो अंग्रेज़ी पढ़ूँगा। वो माने नहीं, मगर मेरी क्लास के सारे अंग्रेजी पढ़ेंगे तो मैं जाके वहाँ क्या पढ़ा, उसके ऊपर सारूँगा फारसी। हाँ। वो फारसी पढ़ाते थे ना उसकी जगह पे। हाँ जी। मगर मैं भी अंग्रेज़ी पढ़ूँगा। तो मान गया, उन्होंने कहा ठीक है भाई, तू अंग्रेज़ी पढ़ना चाहता अंग्रेज़ी पढ़ ले। अच्छा। लेकिन भाई बड़े का बड़ा प्यार था, वो कहता था तू अंग्रेज़ी पढ़ शौक से, हम तुझे डॉक्टर बनाएंगे। बस मोटी बात ये कि मेरा फैसला है कि मैं डॉक्टर बना के छोड़ूँगा। अंग्रेज़ी पढ़ना शुरू कर दिया। लेकिन वो बदकिस्मती ये कि भाई आठवीं पढ़ रहे थे अभी तो ये पार्टीशन हो गया, वहाँ से निकलना पड़ा। अंग्रेजी पढ़ाने वाला हुआ मास्टर है गंगाराम या कोई और आई? वो तारा चंद जी थे। तारा चंद जी अंग्रेजी पढ़ने। ठीक है। तो और कड़ी कड़ी भाषा पर्शियन भी पढ़ते हैं? नहीं, वो फारसी थी बस। अच्छा, उर्दू। जैद, दूसरी जैद बोलते थे वो उस वक्त, उसको आजकल ये खेती बाड़ी लगा लो ये। अच्छा, आपने तो कोई जमीन भी यहाँ? नहीं, हमारी अपनी ज़मीन नहीं थी, मकान ही थे दो। अच्छा। बाकी कपड़ा था, वैसे बताया ना, कपड़े की दुकान तो मेन थी जिस पे बड़ा भाई बैठता था, बाकी तो कोई डंगर डुंगर? हाँ, भैंस ही घर में रखी अपनी। अच्छा। जगह बहुत थी अपने पास रहने सहने के लिए। ते अपना मकान का नक्शा की में है? मकान का नक्शा बाजार के बीच में तो पड़ती थी दो दुकानें। ठीक है। और उसको गली जो निकलती थी वो थोड़ी सी घूम के बाहर से आना पड़ता था, जो घर था मतलब मकान के अंदर एंट्री करने वाले से। वैसे दुकान की बैक साइड थी, उसी के बीच में से अंदर खिड़की रखी हुई थी, खिड़की के बीच में अगर जाना पड़े तो उसी के बीच में से घर चले जाओ। और भी एक चीज़ मजे की बताऊं, हमारे यहाँ चोर बहुत आते थे। चावल चोर? चोर, हाँ जी। चोरों ने यानी आकर के छत पार देनी, छत से गुजर बीच में कुछ ना, गर्मी के दिनों में लोग बाहर सोए होते थे सड़कों पे, गलियों में, तो कभी दूसरी साइड से किसी तरफ से वो लगा दी सींद। तो हमारे पिताजी बहुत समझदार थे, उन्होंने क्या किया, उन्होंने कहा छत के ऊपर भी 2 इंच मोटा लकड़ी के फट्टे वो कड़ियों के साथ जो है अटैच कर दिए। अच्छा। और ऐसे ही दीवारों के साथ साथ में लगा दिए। ठीक है। कि कोई भी आए तो कम से कम उसको ये समझ है कि यहाँ मुझे अब आगे निकलना मुश्किल है। अच्छा। यानी इतनी मजबूती से, और फिर सो जाते थे बाहर। अच्छा। ये पार्टीशन के वक्त भी जब बहुत डरा डरी थी, बहुत डर पड़ रहा था कि मुसलमान आ जाएंगे, रात को मार जाएंगे, काट जाएंगे, ये है वो अकेले ही सड़क पे सो जाते थे। अच्छा। कोई भी पास में ना हो, एक लाठी पास में रख लेनी और सो जाना। वो लोग कहते थे कि भाई लाला जी आप ये तो काम करते करते आप अकेले यहाँ सोते हो, बाकी सब घरों में हैं, तो अच्छा नहीं होगा, कोई घटना घट सकती है। उन्होंने कहा तुम तो हो डरपोक, तुम तो जाओ अपने घरों में सो। लेकिन इतना हम सुनते हैं अपने पिताजी से कि वो कहते थे कि कोई आता भी था ना तो रात के समय में तो वो 10 कदम पर दूर से निकल जाता था डर के मारे। बहुत दिल वाले थे, मतलब चोरों को पीछा कर देते थे ये देख लो। हाँ, उनको कहते चलो बेटा कहाँ तक तुम चलने वाले, मैं तुम्हें घर छोड़ के आऊँगा। काफ़ी दलेर से मतलब है। ते जेड़े थोड़े क्लासेस पढ़ने वाले हैं वो सिख भी हैं मुसलमान भी हैं कोई? तो हाँ, सिख मुसलमान सभी थे। अच्छा। सिख भी थे, मुझे याद है सिख, एक सिख लड़के के साथ मेरी लड़ाई हो गई, 10 सौ जरा झगड़ा हो गया। किमें हो गया, क्या हो गया? बस वो आप किताबों को तो कुछ ही होता है, किताब तूने मेरी क्यों पकड़ी, तूने मेरी क्यों फाड़ी। अच्छा। तूने उसके ऊपर क्यों लिख दिया, होता क्या। अच्छा। बस वो झगड़ा हो गया जी, वो 2-3
इकट्ठे हो गए। अच्छा सरदार, ठीक है जी। मैं घर पे बैठा, हाँ जी, ना स्कूल के अंदर बैठा, हाँ, डर के मारे कि भैया तो अब मरेंगे। तो किसी ने जाके हमारी दुकान पे, पास ही थी, नज़दीक ही लगती थी, हाँ, कि भाई हंसराज को तो वहाँ लड़कों ने घेर रखा है। अच्छा। वो तो मरेंगे। हाँ। तो मेरे भाई आ गए। हाँ। अपनी अपनी फट्टी ले कर, वो भी पढ़ते थे, तख्ती तख्ती। अच्छा। वो ले कर आ गए। हाँ। तो हो गई लड़ाई आमने सामने। हाँ सेख खान। अच्छा। फिर पार दिया एक का, तो अच्छा। फिर वो मामला छुटा दिया लोगों ने। तो पिताजी की चलती काफ़ी थी। हाँ। हुआ क्या कि वो सरदार जी जो थे उनके पिताजी, हाँ, जिसका सिर फटा, वो आया मेरे पिताजी के पास। ठीक है। कहने लगा जी देखो जी, आपके लड़कों ने मेरे बच्चे का सिर फाड़ दिया। ठीक है जी। उन्होंने कहा कोई बात नहीं। एक डॉक्टर था लौरी राम। अच्छा। कहने का कोई बात नहीं, जा बेटा जा डॉक्टर के पास जा। हाँ। कह दादाजी ने भेजा, पट्टी कर लो। पट्टी कर दी। और सरदार जी हाथ जोड़ के माफ़ी मांगने लगे, हमारे लड़के ने शरारत की है दादाजी, माफ़ कर। सिर तो सपाड़ा है। यानी अच्छा मेल जो था पुलिस में भी मिलना जुलना, बड़े लोगों से भी मिलना जुलना, ठीक था। खाली पीटी होंगी सी या कबड्डी कबड्डी। अच्छा। कबड्डी खेल लो अपना बस, ठीक है अपना। अच्छा। दौड़ लगा लो, और ज़्यादा तो कुछ नहीं था। अच्छा। हम फुटबॉल वगैरह होंदा से वो हमें खेलने का कितना शौक नहीं था। हुँ, हुँ। वो हमारे हेडमास्टर साहब ताराचंद जी जो थे, उनको खेलने का बहुत शौक था। वो बड़े खूब खिलाड़ी थे, मारे भी बहुत थे, लेकिन खिलाड़ी पक्के थे, ये पक्की बात है। अच्छा। मशहूर थे। क्या क्या खान पीन खान पीन फ्री का माल होंगे से समझो। हम सू तो को खाने वास्ते पूछे, अपनी दुकान थी करियाने की, जाओ अपना जा करके अपना माँ से मेवा ले लो, किशमिश वो पालो, जेब में बादाम पालो, इधर से पालो, जाके खरूट पालो, जो मर्जी पालो, जेब में भर ली और चले गए अपना, बस ठीक है अपना। अच्छा। खाओ पियो मौज करो, कोई ऐसा रोक टोक नहीं था। वैसे वैसे खजूरां भी होंगे सन बहुत पेंड उठे, नहीं खजूर बिकने वास्ते, यानी वो खजी का बना होता था इसका, उसके बने होते थे। आजकल तो कुछ और प्लास्टिक वगैरह, हाँ छाबे जमते सन, उनके वैसे बंद आंदे सन, खुली खुली खजूर। अच्छा। वो खजूर का टेस्ट तो यहाँ है ही नहीं, चाहे आप पाकिस्तान वाली मंगवा लो तो चाहे किसी और जगह की मंगवा लो। हाँ। बहुत बढ़िया। और पास में बेड़ियाँ होती थी बहुत। अच्छा। बेड़ी बहुत होती थी, जितनी मर्जी ले आओ जाके महाराज से हिलाओ। हाँ। और अपनी झोली भर के घर ले आओ। अच्छा। हाँ भेड़ बहुत होता था, बड़ा भेड़ होता था। गोलियाँ लंबा लंबा भी गोल भी। अच्छा। हाँ लाल लाल ले उठा के बाकी फेंको, क्या करना है। उस वेले कोई रोकन टोकन अलग हो ना, कोई नहीं, वो तो फ्री का माल सब दादा ने। वो एक नदी सी थी पास में, एक तरफ से नहर थी चिनाब से निकली हुई। अच्छा। और एक साइड में नाला चलता था। अच्छा। नाले होते थे पाँच, नाला डेक, नाला भीड़, नाला गोरू, नाला निकोरू, ऐसे करके कुछ के उसके नाम होते थे। तो हमारे पास नाला डेक आती थी। अच्छा। वो डेक जो चलती वो भी बारामासी थी। अच्छा। लेकिन पानी बहुत कम हो जाता था, छोटा 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 पानी बस चलता रहता था हमेशा बारामासी। लाहौर घूमने घामने तो नहीं जाए, इधर हरिद्वार आए थे भाई के साथ। अच्छा। हरिद्वार आए थे तो उस वक्त तो वापसी पे लाहौर उतरे थे बस अड्डे पे। अच्छा। हाँ बस अड्डे पे उतरे थे, वहाँ पर कुछ लेन देन इन्होंने किया थे खड़े होके अपना। मेरा भी एक भतीजा था, आज भी है,
तो मुझे उससे प्यार बहुत था, उसकी वजह से मुझे साथ ले गए, क्योंकि मेरा उसका प्यार बहुत ज़्यादा था। अब वो कहे चाचू मुझे तो रेड़ा चाहिए, तीन पैर वाला लकड़ी का। तो मैंने भाई को कहा, मैंने कहा इसको रेड़ा दे ले के, वो पता नहीं 1.5 रुपये का मिला था शायद, ऐसी था कोई वजह, रेड़ा दे के दे दिया। वो आज भी याद करता है, करता आपने मेरे लिए रेड़ा मुझे लेके दिया था। शाहबादन, सब शाहबादन। शादियाँ की बात सुननी है तो शादियाँ में जाते थे लोग तो बैठ के खाते थे, नीचे बैठ के पत्तल नहीं, वैसी थालियाँ थोड़ी में, और ज़्यादातर बीच में वो पापड़ पोपड़ रखते थे बीच में। और जब शादी हो जाती थी तो फिर बाहर मांगने वालों को, आजकल तो जो है ना थोड़ा बहुत और रेलगाड़ी का फेंकने का रिवाज हो गया, अब तो नोट चल पे। उस वक्त क्या होता था कि मांगने वाले मांगते नहीं थे, वो चादर ले लेते थे बड़ी। अच्छा। बड़ी चादर पकड़ ली और उसका मुंह खोल लिया, उधर से और उधर से भी, भाई जो भी ये फेंकेंगे सारे इसके बीच। बरातों तो बसों में जाते सन, जो नज़दीक ही कोई होती थी तो घोड़े हो जाते थे। अच्छा। हाँ, घोड़ों पे भी जाती थी और टंगे पे जाते थे। अच्छा। टंग उठ नहीं थी उधर। अच्छा। उधर उठ नहीं थी, उधर उठ नहीं था, कोई अचानक कोई गोरे का आगे कोई मेम साहब तो पीछे पीछे चल पड़ना सब ने। अच्छा। तमाशा बन जाना समझो, बेचने को जनानी ये कौन है क्या है। कोई याद है उमेले दा भाई, कोई मेम साहब बेंदी भई थे अंग्रेजा नाल कुछ छेड़छाड़ कीती होवे बच्चिया ने तो ना, ना हाथ भी नहीं लगाना, सार सर चलते रहना बस। अच्छा। हाँ डर लगता सी, जो वैसे हाँ ये ठीक भी थे। एक बार हमारे लग गई ड्यूटी के कोई अंग्रेज अफसर ने आना था, वो बंगले में ठहरे हुए थे, चार पांच लड़कों की ड्यूटी लग गई कि तुमने वहाँ पे 5-4 घंटे रहना है, उनकी रोटी रोटी बननी वहीं पे। वहाँ पे क्या किया हमने बैठ के, वो लहसुन जो है ना उसको उसके तुड़ियाँ से निकाल दी। अच्छा। बैठ के ये क्यों करना, यही कुछ था बच्चों ने क्या करना, तो बैठ के उन्होंने निकालते रहे, अखीर पे खाना खुना खिला के फिर हमारी छुट्टी हुई। छुट्टी होने के बाद कहने लगे आपके पास कपड़ा तो कोई नहीं है, कह अपना जोड़ी करो, ये ऐसे ऐसे करके ना सब ने जोड़ी कर ली, वो किलो दो दो किलो बीच में चीनी डाल दी। अच्छा। चीनी तो वहाँ देखते नहीं थे, उसको पता ही नहीं था चीनी उसी भी है कि नहीं, वो चीनी डाल दी, वो मैं घर लेके आया। मुझे यार घर पर कहीं ही क्या ले आया, मैं कहीं ये इनाम की है। किस तरह का समा है कि तो पता चला दंगे शुरू हो गए? दंगे की आवाज़ तो सुन रहे थे कुछ समय पहले से ही, भाई दंगे होंगे। अच्छा। एक हमारे ज़्यादा देर हो गई, बड़ा देर हो गई होगी संतरा खा देखो। आराम पिछा होके जिम्मे बैठे आवे बुजुर्ग था एक हमारे भाई का ससुर था, वो कहा करता था कि भाई तुम
अभी से जहाँ से निकल जाओ तो ठीक रहेगा, ये कम से कम 2-4 महीने पहले बात करता था वो, कहता दंगे होंगे और दंगों में महफूज जगह जो होगी वो होगा आपका ये हरियाणा का साइड, यानी पंजाब को निकल पार करके आगे जाके पहले डाल देता और यहाँ जाना बीकानेर की शहर में, इधर तुम ठीक रहोगे और कहीं ना जाना, तुम्हारे लिए ये जगह ठीक रहेगा। ये उसकी भविष्यवाणी पहले की थी। सियाना बंदा होना ना, तजर्बा पढ़ा लिखा समझदार बंदा होएगा। नहीं वो पेंडू आदमी, फिर उन्होंने क्यों पता? ज्ञान ज्ञान अंदर अंदर से बात निकलती है कोई ना कोई। पंजाब का इलाका दस पाँच है ना, आस पड़ोस से तुम्हारे घर दे आस पड़ोस से मुसलमान रहते हैं? नहीं साढ़े आस पास नहीं सन, थोड़ा दूर सन, वैसे जाते आते थे, वैसे कभी जरूरत तो पड़ गई, गुल्ली डंडा बनवाना है, लट्टू बनवाना है खेलने वास्ते, थरखान के पास गए एक लट्टू बना के दियो, रंग जरा देना उसके ऊपर। अच्छा अच्छा, लट्टू दे गुल्ली डंडा मुसलमान ही बनाते? हाँ वही बनाते थे, ये काम तो वही लोग करते सन, हाँ छोटी जात के लोग जो सन या जमींदारों का काम कर लिया, जमींदारों ने कोई छुट फुट हो गई कोई चीज़ ही उन्होंने जा कर लिया। सुना है कि यह साढ़े को दिहाड़ियाँ भी करेंगे अपने को, साढ़े को मतलब पंजाबी बंदे को इन्हें दिहाड़ियाँ करेंगे मुसलमान? हाँ साढ़े समझे तो नहीं जी, साडे समझ तो यह आता है कि असी गरीब जरूर से बेच, वो साढ़े ना ही महा गरीब सन, हाँ। गुरबत तो है ही सी, हाँ जी। ये देखो कि किसी ने 1 रुपया भी लेना है ना, उन्हें भी आके लाला जी दे 4 रुपये के पास थले आके बैठ जाना। अच्छा। और 1 रुपये की भी वैल्यू सी बहुत जी, बहुत वैल्यू सी, असी खुद 1-1 पैसा लेके जाते थे खर्ची, 1 पैसा मिलना खर्ची तो ले जाओ, जाओ 1 पैसा। क्योंकि ये थोड़ा ध्यान होगा, आपने पढ़ा भी होगा, पैसे से नीचे स्तर के भी रोजगारी थी, अधेला, ठीक है, इधर सुना होगा पाई, इसके बाद पाई, पैसे की 3 पाइयाँ, हाँ। इसके बाद होती थी दमड़ी, दमड़ी हाँ। दमड़ी भी नहीं है तेरे पास तो? हाँ दमड़ी होती थी 4, हाँ। 1 पैसे की 4, हाँ। यानी इतनी छोटी करेंसी गवर्नमेंट निकालती थी छोटे आदमी के लिए, हाँ छोटे आदमी के लिए, और ले कर जाओ सामान लेने के लिए जाओ, अब खाना पीना क्या खाएं भाई, 1 पैसा मिला है तो जाके कोई लफाफे लफूफे नहीं होते थे, जाके ए झोली कर देनी जेब साइड में, और क्या लेगा भाई ऐसे पैसा, इसमें मरमुंडा दे दे, इसमें मूँगफली दे दे, इसमें गच्चक दे दे, इसमें फलाना दे दे, 4-4, 5-5 चीज़ें ले कर जेबा भर के चले जाना। जिसने शाम को 2 पैसे बांट लिए 4 पैसे बांट लिए वो समझता था मैं बहुत बड़ा दुकानदार। थोड़ा महंगा समय जब आया तो हमारे भाई ने मुझे याद है कि जितना कपड़ा था सूती सारा का सारा 5 आने गज के हिसाब से बेचा, और रेशमी कपड़ा जो था वो 7 आने घर बेचा, तो बड़े खुश थे कि अच्छे पैसे कमा लिए। फिर बाद में जाना पड़ा तो महंगे में ही आना था। बाकी ये कभी एक बार चलो पुराना सोना जो था सारा साफ हो गया, काम खत्म हो गया। तो
ਸਾਰੇ ਭਾਈ ਬਟਵਾਰੇ ਦੇ ਬਾਰੇ ਜਿਹੜੇ ਝਗੜਾ ਦੰਗਾ ਫਸਾਦ ਹੋਇਆ ਉਹ ਕਿਵੇਂ ਹੋਇਆ ਕਿਆ ਕਰਨ ਦੇ ਵਜ੍ਹਾ ਆਵੇ ਅਚਾਨਕ ਮੇਰਾ ਭਾਈ ਵੀ ਲਾਇਆ ਸੀ ਪਿਸਟਲ ਇੱਕ ਅੱਛਾ ਉਧਰ ਸੇ ਬਲੋਚਿਸਤਾਨ ਸੇ ਇੱਕ ਪਿਸਟਲ ਲਾਇਆ ਸਾਥ ਮੈਂ ਗੋਲੀਆਂ ਗਾਲੀਆਂ ਵੀ ਸੀ ਪਚਾਸ ਸੀ ਐਸੀ ਸੀ ਕੁਛ ਔਰ ਡਰ ਕੇ ਮਾਰੇ ਜੋ ਸੋਨਾ ਥਾ ਉਸਕੋ ਗਲਾ ਕੇ ਉਸਕੇ ਤੀਨ ਡਲੀਆਂ ਬਣਵਾ ਲਈ ਚਲਤੇ ਸਮੇਂ ਹਮਾਰੇ ਪਿਤਾ ਜੀ ਨੇ ਹਮਾਰੇ ਛੋਟੇ ਇੱਕ ਮੇਰੇ ਸੇ ਛੋਟਾ ਭਾਈ ਥਾ ਹਮਾਰੇ ਕੱਛੇ ਸਿਲਵਾ ਕੇ ਹਮਾਰੇ ਅੰਦਰ ਉਸਕੇ ਅੰਦਰ ਸਿਲਵਾ ਲਈ ਮੈਂ ਬੱਚਿਆਂ ਕੋ ਕੌਣ ਛਿੜੇਗਾ ਕੌਣ ਪੁੱਛੇਗਾ ਚਲੋ ਠੀਕ ਹੈ ਭਾਈ ਪਿਸਟਲ ਜੋ ਥਾ ਉਹ ਰਾਸਤੇ ਮੈਂ ਇੱਕ ਹੈਡ ਵੱਲੋਂ ਕੀ ਆਤਾ ਥਾ ਰਾਵੀ ਰਾਵੀ ਕੇ ਦਰਿਆ ਕੇ ਉੱਪਰ ਉਸਕੋ ਬੋਲਦੇ ਥੇ ਹੈਡ ਵੱਲੋਂ ਕੀ ਵਹਾਂ ਪੇ ਮੁਸਲਮਾਨੋ ਨੇ ਐਸਾ ਹਿਸਾਬ ਬਣਾ ਰੱਖਾ ਥਾ ਕਿ ਯਹਾਂ ਸੇ ਪੰਜ ਸੱਤ ਸੌ ਹਜ਼ਾਰ ਆਦਮੀ ਲੈ ਜਾਓ ਔਰ ਉਨਕਾ ਵੱਧ ਕਰ ਦਿਓ ਉਤਨੀ ਦੇਰ ਤੱਕ ਪਿੱਛੇ ਕਾਫਲੇ ਕੋ ਕਾਫਲਾ ਥਾ ਨਾ ਬਹੁਤ ਲੰਬਾ ਉਸਕੋ ਰੋਕ ਕੇ ਰੱਖਾ ਅੱਗੇ ਜਿਤਨੇ ਆਦਮੀ ਗਏ ਖਤਮ ਹਮਾਰੀ ਇੰਡੀਆ ਸੇ ਵੀ ਹੈਲੀਕਾਪਟਰ ਜਾਂ ਜਹਾਜ਼ ਸਮਝੋ ਉੱਪਰ ਕੋਈ ਨਾ ਕੋਈ ਘੁੰਮਦਾ ਥਾ ਰੋਜ਼ ਦੇਖਦਾ ਥਾ ਕਿ ਵੀ ਕਿਆ ਹੋ ਰਿਹਾ ਤੋ ਕੁਛ ਮੀਲ ਪੇ ਅੱਗੇ ਜਾ ਕੇ ਫਿਰ ਸਾਰੀ ਗੋਰਖਾ ਮਿਲਟਰੀ ਨੇ ਹਮੇ ਪਕੜਨਾ ਥਾ ਪਾਕਿਸਤਾਨ ਕੇ ਅੰਦਰ ਹੀ ਉਹ ਗੋਰਖਾ ਮਿਲਟਰੀ ਕੋਲ ਉਹਨਾਂ ਨੇ ਸਪੁਰਦ ਕਰ ਦੇਣਾ ਥਾ ਵੀ ਜਾਓ ਬਾਬਾ ਤੁਮ ਆਪਣਾ ਲੈ ਜਾਓ ਉਹਨਾਂ ਨੇ ਉੱਪਰ ਸੇ ਵਾਇਰਲੈਸ ਵਗੈਰਾ ਕੀਆ ਫਿਰ ਉਹ ਆਏ ਵਹਾਂ ਆ ਕੇ ਉਨਕੋ ਕਿਹਾ ਕਿ ਬਈ ਇਹ ਕਿਆ ਕਰ ਰਹੇ ਹੋ ਤੀਨ ਕੱਪੜੇ ਸੇ ਤੁਮ ਜਾਣੇ ਦੇਤੇ ਔਰ ਇੱਕ ਪੈਸਾ ਵੀ ਅੱਗੇ ਜਾ ਸਕਤਾ ਸਾਰੀ ਤਲਾਸ਼ੀ ਦੇ ਕੇ ਸਾਰਾ ਸਮਾਨ ਤੁਮ ਜਾਂ ਇਕੱਠਾ ਕਰ ਦੇਤੇ ਹੋ ਇਹ ਕੰਮ ਨਹੀਂ ਹੋਗਾ ਉਹ ਥੋੜ੍ਹਾ ਸਾ ਬੋਲੇ ਵੀ ਅੱਗੇ ਸੇ ਲੇਕਿਨ ਉਹਨਾਂ ਨੇ ਕਿਹਾ ਵੀ ਅਗਰ ਐਸੀ ਬਾਤ ਹੈ ਤਾਂ ਫਿਰ ਤਿਆਰ ਹੋ ਜਾਓ ਹਾਂ ਹਮ ਆਪਣੇ ਹੋਤੇ ਹੋਏ ਇਹ ਕੰਮ ਨਹੀਂ ਕਰਨੇ ਦੇਗੇ ਆਪਕੋ ਤਲਾਸ਼ੀ ਵਾਲਾ ਸੀ ਕਾ ਚਲਾ ਜੀ ਖੜੇ ਹੋ ਗਏ ਤਾਂ ਡਟ ਕੇ ਉਹਨਾਂ ਨੇ ਕਹਿੰਦੇ ਆ ਜਾਓ ਫਿਰ ਨਹੀਂ ਉਹ ਤਾਂ ਕਾਫਲੇ ਵਾਲੇ ਜੋ ਲੋਕ ਥੇ ਹਮਾਰੇ ਜੈਸੇ ਜੋ ਚੱਲ ਰਹੇ ਥੇ ਹਮ ਤਲਾਸ਼ੀ ਨਹੀਂ ਦੇਣਾ ਚਾਹਤੇ ਹਾਂ ਉਹਨਾਂ ਨੂੰ ਸਮਝਾ ਦਿਆ ਵੀ ਹਮ ਤਾਂ ਕਰਨਾ ਨਹੀਂ ਇਹ ਤਾਂ ਹਮਾਰਾ ਸਭ ਕੁਛ ਦੇ ਦੇਣਗੇ ਸੋਨਾ ਵਗੈਰਾ ਪੈਸਾ ਟਕਾ ਸਭ ਰਖਵਾ ਰਹੇ ਹਮਾਰੇ ਸੇ ਉਹਨਾਂ ਨੇ ਉਹਨਾਂ ਨੇ ਰੋਕਿਆ ਫਿਰ ਚਲੇ ਜੀ ਔਰ ਇਸ ਪਹਿਲੇ ਹਮਾਰੇ ਭਾਈ ਨੇ ਉਸ ਰਿਵਾਲਵਰ ਕੋ ਤੋੜ ਤਾੜ ਕਰਕੇ ਝਾੜੀਆਂ ਮੈਂ ਫੇਂਕ ਦਿੱਤਾ ਡਰਦੇ ਮਾਰੇ ਵੀ ਇਹਨਾਂ ਨੂੰ ਜੋ ਦਿਆਂਗੇ ਜਾ ਕੇ ਇਸ ਨੂੰ ਬਿਹਤਰ ਹੈ ਕਿ ਵੀ ਇਹਨੂੰ ਖਤਮ ਹੀ ਕਰ ਦਿਓ ਔਰ ਗੋਲੀਆਂ ਜੋ ਥੀ ਉਹ ਇਹ ਗੋਰਖੇ ਕੋ ਫਗੜਾ ਦੀ ਲੈ ਵੀ ਤੂੰ ਇਹ ਸਮਾਨ ਇਹ ਮਾਰੇ ਤੋਂ ਕੰਮ ਕੀ ਹੈ ਨਹੀਂ ਤੂੜ ਰਹੇ ਉਸਕੋ ਦੇ ਕੇ ਚਲੋ ਫਿਰ ਲੇਕਿਨ ਹੂਆ ਵੇਦ ਜੀ ਉਹੀ ਕੰਮ ਜਬ ਪਾਰ ਹੋ ਗਏ ਨਾ ਤੋ ਬਹੁਤ ਡਰਾਡਰੀ ਸੀ ਡਰਾਡਰੀ ਸੀ ਉਹ ਕਰਤੇ ਕਿਆ ਰਹੇ ਜੋ ਉਸਮੇ ਕੋਈ ਬਚ ਗਿਆ ਕੁਦਰਤ ਹੀ ਮਾਰਿਆ ਮੋਰਿਆ ਤਾਂ ਸਹੀ ਲੇਕਿਨ ਕੁਦਰਤ ਹੀ ਬਚ ਗਿਆ ਲਾਸ਼ ਪੜੀ ਰਹਿ ਗਈ ਉਹ ਕਹਿਣ ਲੱਗਾ ਵੀ ਪਹਿਲੇ ਤੋਂ ਦੁੜਾਇਆ ਇਹਨਾਂ ਨੇ ਇੱਧਰ ਵੀ ਉੱਧਰ ਜਾਓ ਇੱਧਰ ਸੇ ਮੁਸਲਮਾਨ ਆਏਗੇ ਤੁਮੇ ਮਾਰ ਡਾਲੇਂਗੇ ਫਿਰ ਉੱਧਰ ਪਹੁੰਚ ਗਏ ਤਾਂ ਫਿਰ ਉੱਧਰ ਸੇ ਕਹਿ ਦਿਆ ਕਿ ਤੂੰ ਇੱਧਰ ਜਾਓ ਫਿਰ ਦੋ ਮਿੰਟ ਉੱਧਰ ਵਗਾ ਲਿਆ ਫਿਰ ਉੱਧਰ ਸੇ ਇੱਧਰ ਵਗਾ ਲਿਆ ਯਾਨੀ ਵਗਾ ਵਗਾ ਕੇ ਹਮਾਰੀ ਜਾਨ ਕੱਢ ਲਈ ਪਹਿਲੇ ਤਾਂ ਪੂਰੇ ਐਸੇ ਥੱਕ ਕਰਕੇ ਅਸੀਂ ਗਿਰ ਪਏ ਸਮਝੋ ਮੁਸਲਮਾਨ ਫਿਰ ਉਹਨਾਂ ਪਹਿਲੇ ਵਗਾਉਂਦੇ ਰਹੇ ਫਿਰ ਬਾਅਦ ਮਾਰ ਦਿੱਤਾ ਉਹਨੂੰ ਮਾਰ ਦਿੱਤਾ ਤਾਂ ਫਿਰ ਗੋਰਖੇ ਆਏ ਫਿਰ ਇਹਨਾਂ ਨਾਲ ਚਲੇ ਜੀ ਫਿਰ ਬਚਾਇਆ ਔਰ ਅੱਗੇ ਚਲਦੇ ਚਲਦੇ ਵੀ ਕਿਆ ਤਮਾਸ਼ਾ ਕਰਦੇ ਰਹੇ ਸਾਰੇ ਰਸਤੇ ਕਦੀ ਕੋਈ ਨਹਿਰ ਆ ਗਈ ਨਹਿਰ ਨਹਿਰ 'ਤੇ ਜਾਣਾ ਹੈ ਤਾਂ ਨਹਿਰ ਤੋੜ ਲਿਆ ਪਾਣੀ ਪਾਣੀ ਕਰ ਲਿਆ ਰਸਤੇ ਮੈਂ ਨਾ ਕੋਈ ਉਹ ਗਾਡੀ ਜਾ ਸਕੇ ਕਿਸੇ ਕੀ ਨਾ ਕੋਈ ਪੈਦਲ ਚੱਲ ਸਕੇ ਨਾ ਕੋਈ ਸਮਾਨ ਠਾ ਕੇ ਜਾ ਸਕੇ ਯਾਨੀ ਐਸਾ ਕੁਝ ਵਿਪੱਤੀ ਖੜੀ ਕਰਦੇ ਰਹੇ
कहीं पानी नहीं, पानी हटा दीजिए, बंद कर दीजिए, खूह में कोई ना कोई चीज़ गलत डाल दी, लाश डाल दी किसी की अपने, तो खूह का पानी कौन पिएगा। तो ऐसे भी होता रहा बीच में, बीच बीच में। आए कि मैं पैदल आए या ट्रक से आए या? नहीं, असी तो पैदल ही आए। अच्छा, असी पैदल देखो आना था लाहौर कि आए फिरोजपुर। यानी इतना घुमाया उन्होंने, इतना घुमाया, डरा डरा के, भाई इधर से नहीं जाना, उधर से जाओ, इधर नहीं जाना, उधर से जाओ। और कुछ सहायता जो है गवर्नमेंट ने की, जो दो दिन चार दिन पहले आने से पहले 15 दिन लग गए, 15 दिन लग गए हमें यहाँ आने में। जो रास्ता 3 दिन का था वो 15 दिन में तय किया। खाना पीना ये है जी के कुछ तो लोगों ने साथ में बांध लिया था वहीं से, ठीक है, मैं वो बात भूल गया। खाने पीना कब लिया हमने? थोड़ी देर पीछे हो जाओ। हाँ, अपने घर से निकल के साथ में जेड़ा वाला जो तहसील थी ना, वो सारे लोगों को ट्रकों में भर के जेड़ा वाले ले गए। ठीक है, शहर है, सेफ्टी रहेगी। ठीक है, वहाँ एक मंडी थी, अनाज मंडी। अनाज मंडी में उन दिनों में तो कुछ होता नहीं, खाली होती है। अनाज मंडी में सारे आदमी जाते रहे, भरते रहे, उसी में सब भरते रहे। बहुत लंबे चौड़ा, पूरी चेहर पैर हो गया, जिसमें ग्रह का मेला लगा हुआ जी। तो एकाएक रात का समय हुआ तो गोलियाँ चलनी शुरू हो गई। अच्छा। उन्होंने उसके चार दरवाजे थे, चारों दरवाजों पर मुसलमानों की मिलिट्री बैठ गई और मुसलमान अंदर बढ़ गए अपने हथियार लेके, उन्होंने मार काट शुरू कर दी। चार दरवाजे कितने हैं? मंडी के चार दरवाजे, चारों गेट पे बैठ गए वो मुसलमान, बैठ गए मुसलमान, बैठ गए, मार काट शुरू कर, मार काट अंदर शुरू करवा लिया। अब सारे डरे हुए तो पहले ही थे, कौन मारे, कौन उन्होंने क्या किया, हाथ उठाए, मार मार के जी उन्होंने क्या किया जी, बाहर उन्होंने ट्रक रखे हुए थे, वो लाशें उठा उठा के उन ट्रकों में भरते और जाकर किसी नहर में जाकर फेंकाते। अच्छा। बहुत आदमी वहाँ पे मरा, बहुत अनगिनत आदमी मरा वहाँ पे। हम लोग तो खैर किसी घर में ठहरे हुए थे, वहाँ जाके भी किसी रिश्तेदार के घर में ठहर गए थे। अच्छा। तो बच गए। और उस घर के बीच में भी हमने देखा छत पे चढ़ के सामने एक गांव था छोटा सा, सताई चक बोलते थे उसको, सताई चक। अच्छा। उसमें भी वो मार मार के आदमियों को ला कर गड्ढे के बीच में डाल के भर भर के ले जा रहे थे, ये आंखों से देखा। एक वक्त हमारे पे भी आएगी। फिर दरवाजे जो अपने घरों के से उनके आगे जो घर का सामान है सारा उसके आगे फेंका, जो अंदर लगा दिया भाई किसी तरीके से जल्दी से अंदर ना बढ़ सकें कोई। यानी बहुत बुरी तरीके से ये काम हुआ। फिर इतने में ऊपर से कहीं कोई हिसाब बना, वो सिख मिलिट्री आ गई थोड़ी सी। अच्छा। वहाँ पहुँची, यानी एक काफले को लेकर के सिख मिलिट्री आगे चले। लेकिन वो बदमाश है, वो फिर भी कुछ ना कुछ हरकत करते ही रहे, करते ही रहे। तो उसके बाद अनाउंस हो गया कि जो घरों में लोग रह रहे हैं वो मंडी में आ जाएं। ठीक है। मंडी में अब आप सेफ हो, आपको कोई ख़तरा नहीं है, पीछे से काफला और आ रहा है, आप उसके साथ रह जाओ। फिर वहाँ से सामान उठाए और उस वक़्त जो है ना लोगों ने, ऐसे समय में लोगों ने अपने पास कुछ ना कुछ रख लिया, जैसे बूंदी ले ली, बीच में चने डाल लिए, चलो भाई बच्चों को भूख लगेगी कम से कम बच्चे तो ना रोएंगे, तो फुलियाँ डाल ली, कुछ ऐसे करके कुछ थोड़ा थोड़ा सामान। बाकी रास्ते में जो गाँव से गाँवों में जाके ले आते थे लोग कुछ ना कुछ सामान सामान साथ साथ में, उनको पता था इनके साथ मिलिट्री है, अगर हमने कुछ शरारत करी इनके साथ तो तबाह कर देंगे, उनको भी डर था। तो आसपास के गांवों में से कुछ ना कुछ लोग ले आते थे, चाहे कच्चा पक्का जो भी मिला अपना ले आया अपना। हरियाणा वाले भी मुसलमान होते थे? हाँ जी,
ਜਿਹੜੇ ਖਾਣ ਪੀਣ ਵਾਸਤੇ ਲਿਆਂਦੇ ਸੀ ਉਹ ਵੀ ਮੁਸਲਮਾਨ ਹੁੰਦੇ ਸੀ? ਹਾਂ। ਬਸ ਇਹੀ ਦੱਸਦੇ ਪਏ ਨਾ ਵੀ ਜੋ ਕੁਛ ਪਾਸ ਥਾ ਠੀਕ ਖਾ ਲਈਆ, ਕੁਛ ਆਸ ਪਾਸ ਕੇ ਗਾਓ ਮੇ ਗਏ ਵਹਾਂ ਸੇ ਆਟਾ ਮਿਲ ਗਿਆ, ਕਿਸੀ ਭਾਓ ਚਾ ਮਿਲਾ ਲਾ ਕਰਕੇ ਉਸਕਾ ਰੋਟੀ ਵਹੀਂ ਰਸਤੇ ਪੇ ਬਣਾ ਬਣੂਰੀ ਲੱਕੜੀ ਲੁਕੜੀ ਆਮ ਮਿਲੀ ਜਾਤੀ ਹੈ ਗਾਓ ਮੇ ਆਸੇ ਪਾਸੇ ਸੇ ਕਹੀਂ ਨਾ ਕਹੀਂ ਸੇ, ਕਭੀ ਖਾਇਆ ਕਭੀ ਨਹੀਂ ਵੀ ਖਾਇਆ ਹੋਊਗਾ, ਐਸਾ ਵੀ ਹੋ ਸਕਦਾ। ਤੁਸੀਂ ਉਸ ਵੇਲੇ 15 ਸਾਲ ਦੇ ਹੈਵੇ ਜੇ ਤੁਸੀਂ ਵੇਖਿਆ 15 ਸਾਲ ਦੇ ਔਰ ਕੂਏ ਕੂਓਂ ਕੇ ਬੀਚ ਮੇ ਲਾਸ਼ੇ ਭਰ ਦੀ ਮਾਰ ਮਾਰ ਕੇ ਪਹਿਲੇ ਉਹਨਾਂ ਨੇ ਐਸਾ ਗੰਦੇ ਪਾਣੀ ਕਰ ਦਈਏ ਕਿ ਪਾਣੀ ਪੀਣੇ ਜੋਗਾ ਨਾ ਹੋਵੇ। ਇੱਕ ਦੁਸ਼ਮਣ ਬਣ ਗਏ ਜਿਹਦੇ ਉਹ ਚੱਕਰ ਤਾਂ ਵਹਾਂ ਪਰ ਆ ਜੀ, ਅਸਲ ਮੇਰੀ ਸਮਝ ਮੇ ਆਤਾ ਹੈ ਮਾਸਟਰ ਤਾਰਾ ਸਿੰਘ ਥਾ, ਮਾਸਟਰ ਤਾਰਾ ਸਿੰਘ, ਤਾਰਾ ਸਿੰਘ ਨੇ ਝੰਡਾ ਜੋ ਹੈ ਪਾਕਿਸਤਾਨੀਓ ਕਾ ਜਬ ਉਹਨਾਂ ਨੇ ਫਹਿਰਾਇਆ ਇੱਕ ਦਿਨ ਪਹਿਲੇ ਹਮਾਰੇ ਸੇ, ਹਮ 15 ਘੁੰਮਣਾਤੇ ਨਾ ਉਹ 14 ਘੁੰਮਣਾਤੇ ਹੈ, ਉਸ ਝੰਡੇ ਕੋ ਉਸਨੇ ਕਾਟ ਦਿਆ ਥਾ ਤਾਰਾ ਸਿੰਘ ਨੇ। ਆਪਣੇ ਝੰਡੇ ਪਹਿਲੇ ਹੀ ਦੋ ਥੇ ਹੈ ਜੀ? ਨਹੀਂ ਆਪਣੇ ਝੰਡੇ ਜਿਹੜੇ ਇੱਕਦਮ ਦੀ ਗੱਲ ਹੈ ਪਹਿਲੇ ਦੀ ਨਾ 47 ਜੀ, 47 ਦੀ, ਹਾਂ 47 ਤੋਂ ਪਹਿਲੇ ਦੰਗੇ ਕਿਵੇਂ ਸ਼ੁਰੂ ਹੋ ਗਏ, ਉਹ ਕਿਉਂ ਹੋਏ, ਉਹ ਦਾ ਪੰਗਾ ਹੈ ਬਈ, ਗਲਤ ਕਾਮੀਆਂ ਕਿਵੇਂ ਪੈਦਾ ਹੋਈਆਂ ਆਪਸ ਵਿੱਚ? ਆਪਸ ਵਿੱਚ ਇਹ ਐਡੀਟੇਸ਼ਨ ਕਰਦੇ ਰਹੇ ਸਾਂਝੀ, ਹਿੰਦੂ ਮੁਸਲਮਾਨ ਸਾਰੇ ਮਿਲ ਕੇ ਤੋਂ ਐਜੂਟੇਸ਼ਨ ਕੀਆ ਇਹਨਾਂ ਨੇ, ਮੈਂ ਦੇਸ਼ ਆਜ਼ਾਦ ਹੋਵੇ ਅਸੀਂ ਇਹਨਾਂ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ, ਹਾਂ ਇਕੱਠਾ ਕੀਤਾ ਰਲ ਕੇ, ਲੇਕਿਨ ਜਾਂਦੇ ਜਾਂਦੇ ਅੰਗਰੇਜ਼ਾਂ ਨੇ ਇਹ ਸ਼ਰਾਰਤ ਕੀਤੀ ਕਿ ਵੀ ਇਹ ਇਕੱਠੇ ਰਹਿਣਗੇ ਤਾਂ ਸਾਡਾ ਇਹ ਤਾਂ ਕੋਈ ਫਾਇਦਾ ਨਾ ਹੋਇਆ, ਇਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਫੋੜਿਆ, ਉਹਨਾਂ ਕਿਹਾ ਤੁਸੀਂ ਵੀ ਮੰਗ ਲਓ ਆਪਣਾ ਕੁਛ ਹਿੱਸਾ, ਤੁਸੀਂ ਕਿਉਂ ਐਵੇਂ ਰਹਿੰਦੇ ਹੋ, ਇਹਨਾਂ ਤੁਹਾਨੂੰ ਕੁਛ ਨਹੀਂ ਦੇਣਾ ਬਾਅਦ ਵਿੱਚ, ਇਹਨਾਂ ਦੇ ਅਧੀਨ ਹੋ ਜਾਓਗੇ ਹਿੰਦੂਆਂ ਦੇ, ਇਸ ਵਾਸਤੇ ਮੰਗ ਲਓ ਆਪਣਾ ਹਿੱਸਾ ਤੁਸੀਂ ਵੀ। ਫਿਰ ਇਹਨਾਂ ਨੇ ਡਿਮਾਂਡ ਕੀਤੀ ਉਹ ਮੁਹੰਮਦ ਜਿੰਨਾ ਸਰ ਜਿੰਨਾ, ਹਾਂ ਉਸਨੇ ਫਿਰ ਡਿਮਾਂਡ ਉਠਾ ਦੀ ਮੁਸਲਮਾਨਾਂ ਕੇ ਵਿੱਚ ਮੇਂ, ਫਿਰ ਇਹ ਰੋਲਾ ਪੈ ਗਿਆ ਆਪਸ ਮੇਂ ਕਿ ਬਈ ਤੁਸੀਂ ਆਪਸ ਵਿੱਚ ਬਟਵਾਰਾ ਕਰੋ ਕਿਵੇਂ ਕਰਨਾ, ਤੋ ਇਨਕੀ 27% ਸੀ ਉਹ ਸਾਰੀ ਇਨਕੀ ਜੋ ਆਬਾਦੀ ਸੀ ਉਹ 27% ਕੇ ਹਿਸਾਬ ਸੇ ਇਨਕੋ ਜਗ੍ਹਾ ਦੇ ਦੀ, ਜਿਹਦੇ ਲਈ ਇਨਕਾ ਇਲਾਕਾ ਬਹੁਤ ਯਹਾਂ ਬਹੁਤ ਰਹਿਤੇ ਥੇ ਮੁਸਲਮਾਨ, ਉਧਰ ਕਾ ਇਲਾਕਾ ਇਨਕੋ ਦੇ ਦੀਆ, ਜੈਸੇ ਆਪ ਬੰਗਲਾਦੇਸ਼ ਤੋਂ ਕਹਾਂ ਪੜਾ ਔਰ ਪਾਕਿਸਤਾਨ ਕਿੱਧਰ ਪੜਾ, ਤੋ ਇਸ ਤਰੀਕੇ ਸੇ ਬਟਵਾਰਾ ਉਹਨਾਂ ਨੇ ਕਰ ਦੀਆ, ਵੀ ਬਾਅਦ ਲੜੇ ਮਰੇ ਨਾ ਔਰ ਇਨਕੋ ਅਲੱਗ ਕਰ ਦਿਓ। ਜਿਵੇਂ ਹੁਣ ਪਾਕਿਸਤਾਨ ਵਿੱਚ ਤੁਹਾਨੂੰ ਦੱਸਦਾ ਪਿਆ ਜਿਹੜਾਂ ਵਾਲਾ ਜਿਹੜਾਂ ਵਾਲੇ ਉਹਨਾਂ ਨੇ ਮੁਸਲਮਾਨਾਂ ਨੇ ਸਾਡੇ ਹਿੰਦੂ ਮਾਰੇ, ਬਸ ਬਸ ਜੀ ਫਿਰ ਫਿਰੇ ਵੀ ਫਿਰ ਹਟ ਕੇ ਨਾ ਆ ਜਾਣ ਜਾਂ ਕੁਛ ਵੀ ਹੈ ਜੋ ਇਹਨਾਂ ਜਾਇਦਾਦਾਂ ਹਨ ਅਸੀਂ ਆਪਣੇ ਕਾਬਜ਼ ਹੋ ਜਾਵਾਂਗੇ, ਇਹ ਹੋ ਜਾਵਾਂਗੇ, ਸੋ ਦਿਮਾਗ 'ਚ ਵੈਸੇ ਅਸੀਂ ਅੱਛਾ ਇੱਧਰ ਹੋ ਗਿਆ, ਫਿਰ ਸ਼ੇਖੂਪੁਰੇ ਹੋ ਗਿਆ, ਫਿਰ ਦੂਜੀ ਜਗ੍ਹਾ 'ਚ ਹੋ ਗਿਆ, ਉਹਦੇ ਦੰਗੇ ਛਿੜ ਗਏ, ਉਹ ਦੰਗੇ ਛਿੜੇ ਅਤੇ ਉਹਦੇ ਦੰਗੇ ਛਿੜਿਆਂ ਦੇ ਵਿਰੋਧ 'ਚ ਫਿਰ ਇਹਦੇ ਦੰਗੇ ਛਿੜੇ, ਇੱਥੇ ਬਾਅਦ ਛਿੜੇ। ਸਭ ਤੋਂ ਪਹਿਲੇ ਕਿੱਥੇ ਹੋਇਆ ਕੁਛ ਪਤਾ ਦੰਗਾ? ਸਭ ਤੋਂ ਪਹਿਲੇ ਤੋਂ ਮੇਰੀ ਸਮਝ 'ਚ ਸ਼ਾਇਦ ਸ਼ੇਖੂਪੁਰੇ 'ਤੇ ਸ਼ੁਰੂ ਹੋਇਆ ਹੋਵੇ। ਪਿੰਡੀ ਦੂਰ ਸੀ ਥੋੜ੍ਹਾ, ਹਾਂ ਰਵਲ ਪਿੰਡੀ, ਹਾਂ ਉਹ ਦੂਰ ਸੀ ਜੀ, ਉਹ ਸਾਡੇ ਤੋਂ ਦੂਰ ਪੈਂਦੀ ਸੀ, ਸਾਡੇ ਨੇੜੇ ਨੇੜੇ ਤਾਂ ਜਿਹੜਾ ਸੀ ਇਲਾਕਾ ਉਹ ਤੇ ਕੁਜਰਾਂ ਵਾਲਾ ਔਰ ਇਹ ਮਿੰਡ ਗੁਮਰੀ ਔਰ ਇਹ ਨਾਗਾ ਦੋ ਲੈਲਪੁਰ ਦਾ ਜ਼ਿਲ੍ਹਾ, ਇਹ ਸ਼ੇਖੂਪੁਰਾ ਜ਼ਿਲ੍ਹਾ, ਇਹ ਇਹ ਅਸੀਂ ਮਤਲਬ ਹੈ ਲਾਹੌਰ ਦਾ। ਮੇਰੇ ਅੰਦਾਜ਼ੇ 'ਚ ਇਹੀ ਹੈ, ਮੈਨੂੰ ਪਤਾ ਨਹੀਂ ਅੱਗੋਂ ਹੋ ਸਕਦਾ। ਮਿੰਟ ਕੁਮਰੀ ਕਾਫੀ ਦੂਰ ਸੀ, ਮਾਗੋ ਜ਼ਿਲ੍ਹਾ ਦੂਜਾ ਪੈ ਗਿਆ ਨਾ, ਮੈਂ ਗਿਆ ਕੁਝ ਨਹੀਂ ਉਸ ਪਾਸੇ, ਲੇਕਿਨ ਪਤਾ ਮੈਨੂੰ ਮੈਂ ਦੂਰ ਦੂਰ ਸੀ ਮਤਲਬ ਸਾਡੇ ਤੋਂ, ਹਾਂ ਨਾਲ ਬਿਲਕੁਲ ਲਗਵਾ ਨਹੀਂ ਸੀ ਉਹ। ਹਾਂ ਝੰਡਾ ਉਹ ਕੱਟ ਦਿੱਤਾ ਨਾ ਉਹਨੇ, ਉਹ ਝੰਡੇ ਕੱਟਣ ਤੋਂ ਬਾਅਦ ਫਿਰ ਇਹ ਜਿਹੜਾ ਆਪਸ ਵਿੱਚ ਜਿਹੜਾ ਛਿੜ ਗਿਆ ਮਾਮਲਾ। ਤਾਰਾ ਸਿੰਘ, ਹਾਂ ਜੀ ਹਾਂਜੀ ਹਾਂਜੀ ਮਾਸਟਰ ਤਾਰਾ ਸਿੰਘ, ਹਾਂਜੀ ਉਹਨਾਂ ਨੇ ਝੰਡਾ ਕੱਟਿਆ ਔਰ ਇਸਦਾ ਕਾਰਨ ਇੱਕ ਹੋਇਆ ਕਿ ਇਹਦਾ ਕਾਰਨ ਕੀ ਬਣਿਆ, ਫਿਰ ਉਸ ਤੋਂ ਬਾਅਦ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਵਿੱਚ ਪਹਿਲੇ ਉਹਨੂੰ ਸਿੱਖਾਂ ਨੂੰ ਮਾਰਿਆ, ਜਿਹੜਾ ਸਿੱਖ ਟੱਕਰ ਜਾ ਉਹਨੂੰ ਮਾਰ ਦਿਓ, ਹਿੰਦੂ ਨੂੰ ਛੱਡ ਦਿਓ। ਠੀਕ ਹੈ, ਠੀਕ ਹੈ।
ਸਾਡੇ ਕੋਲ ਡਾਕਟਰ ਹੈ ਸੀ ਗੁਰਬਖਸ਼ ਸਿੰਘ, ਇਹ ਸ਼ਾਹਬਾਦ, ਹੁਣ ਉਹਦਾ ਮੁੰਡਾ ਸ਼ਹਿਰ ਦੇ ਜਿਹੜਾ ਉਹਨਾਂ ਬਣਿਆ ਹਸਪਤਾਲ ਕਿਹੜਾ ਮੇਰੀ ਪੀੜ੍ਹੀ, ਇਹਦੇ 'ਚ ਹੁਣ ਅੱਛੀ ਪੋਸਟ ਹੈ ਉਹ ਡਾਕਟਰ ਗੁਰਬਖਸ਼ ਸਿੰਘ, ਉਹ ਸਾਨੂੰ ਕਹਿੰਦਾ ਸਾਡੇ ਨਾਲ ਸੀ, ਉਹ ਵੀ ਇਕੱਠੇ ਜੀ ਪੈਂਦੇ ਸਾਂ ਇਕੱਠੇ, ਕਹਿੰਦਾ ਮੇਰੇ ਸਿਰ ਦੇ ਵਾਲ ਮੁੰਡੋ, ਵਾਲ ਕੱਟ ਜੋ, ਯਾਨੀ ਘਰ 'ਚ ਬੈਠੇ ਸਾਂ, ਘਰੋਂ ਵਾਲ ਕਟਵਾ ਕੇ ਫਿਰ ਬਾਹਰ ਆਇਆ, ਯਾਨੀ ਇੰਨਾ ਭੈ ਹੋ ਗਿਆ ਸੀ ਕਿ ਸਿੱਖ ਨੂੰ ਨਹੀਂ ਛੱਡਣਾ, ਹੈਂ ਫਿਰ ਤਾਂ ਸ਼ੁਰੂ ਹੋ ਗਿਆ ਤਾਂ ਹੋ ਹੀ ਗਿਆ ਸਮਝੋ, ਗੱਡੀਆਂ 'ਚ ਗੱਡੀਆਂ ਕੱਟੀਆਂ, ਇੱਦਾਂ ਹੀ ਫਿਰ ਸ਼ੁਰੂ ਹੋ ਗਿਆ, ਪਟਿਆਲੇ ਤੋਂ ਸ਼ੁਰੂ ਹੋ ਗਈ, ਅੰਮ੍ਰਿਤਸਰ ਤੋਂ ਹੋ ਗਈ, ਕਾਰਨ ਪਤਾ ਚੱਲਾ ਫਿਰ ਮਾਸਟਰ ਤਾਰਾ ਸਿੰਘ ਨੇ ਝੰਡਾ ਕਿਉਂ, ਯਾਨੀ ਉਹ ਕੱਟਿਆ, ਉਸ ਤੋਂ ਬਾਅਦ ਫਿਰ ਤਾਂ ਜ਼ਿਆਦਾ ਛਿੜ ਗਿਆ ਸਮਝੋ ਇਕਦਮ, ਮਨ 'ਚ ਦੁੱਖ ਹੋਇਆ ਵੀ ਜਗ੍ਹਾ ਸਾਡੀ ਜੀ ਹੋਈ ਦੇ ਦਿੱਤਾ ਉਹਨੂੰ, ਦੁੱਖ ਤਾਂ ਸਾਨੂੰ ਵੀ ਹੁੰਦਾ ਵੀ ਜਿੰਨਾ ਦੋਸਤੀ ਕਿਹੜੀ ਗੱਲ ਦੀ ਲਗਾਈ, ਕਿਉਂ ਡਰੇ ਕਿਉਂ, ਸਾਡੇ ਤਾਂ ਜੋ ਮੁਸੀਬਤਾਂ ਆਈਆਂ ਸਾਨੂੰ ਪਤਾ, ਜੋ ਅਸੀਂ ਦੁੱਖ ਝੇਲੇ, ਬਾਬਾ ਜੀ ਰਾਜਾ ਦਾ ਪੁੱਤਰ, ਮੇਰੇ ਵਰਗਾ ਘਰ ਦੇ ਰਾਜਾ ਦਾ ਪੁੱਤਰ, ਇੱਥੇ ਆ ਕੇ ਜੋ ਮੈਂ ਕਰਮ ਕੀਤੇ ਨੇ ਉਹ ਮੈਨੂੰ ਭੁੱਲ ਜਾਣੇ ਜ਼ਿੰਦਗੀ 'ਚ, ਐਸੇ ਐਸੇ ਕੰਮ ਕੀਤੇ ਕਿ ਡੇਢ ਡੇਢ ਰੁਪਏ ਦੀ ਦਿਹਾੜੀ ਕਰਦਾ ਰਿਹਾ, ਚਾਲੀ ਚਾਲੀ ਰੁਪਏ ਮਹੀਨੇ ਦੀ ਨੌਕਰੀਆਂ ਕਰਦਾ ਰਿਹਾ, ਇਹ ਛੋਟੇ ਮੋਟੇ ਕੰਮ ਵੀ ਜੋ ਕਰਨੇ ਸਨ ਸਭ ਕੀਤੇ, ਬਹੁਤ ਜ਼ਿਆਦਾ ਮਤਲਬ ਦੁੱਖ ਦੇ ਦਿਨ ਕੱਟੇ, ਬਹੁਤ ਦੁੱਖ ਦੇ ਦਿਨ ਕੱਟੇ, ਹਾਂ ਫਿਰੋਜ਼ਪੁਰ ਆ ਗਿਆ, ਉੱਥੇ ਵੀ ਕੈਂਪ ਲੱਗਾ ਹੋਇਆ ਸੀ, ਸਰਕਾਰੀ ਕੈਂਪ ਲੱਗੇ ਹੋਏ ਸਨ, ਟੈਂਟ ਟੁੰਟ ਲੱਗੇ ਹੋਏ ਸਨ, ਉੱਥੇ ਆ ਕੇ ਭੋਜਨ ਕਰੋ, ਉੱਥੇ ਆਪਣਾ ਆ ਕੇ ਰਹੋ, ਮਰੀਜ਼ਾਂ ਸੀ ਆਟਾ ਉਟਾ ਹੀ ਮੰਨਦੇ ਸਨ, ਉਹ ਵੀ ਦੇਣ ਲੱਗ ਗਏ, ਪੰਜ ਚਾਰ ਦਿਨ ਰਹੇ ਸਨ ਜੀ, ਫਲੱਡ ਆ ਗਿਆ, ਇਕਦਮ ਦਰਿਆ ਚੜ੍ਹ ਗਿਆ, ਫਿਰ ਪਾਣੀ ਆਇਆ ਬਹੁਤ ਜ਼ਿਆਦਾ, ਫਿਰ ਉੱਥੋਂ ਲੜਾਇਆ ਕਿ ਇੱਥੋਂ ਨਿਕਲ ਜਾਓ, ਪਾਣੀ ਬਹੁਤ ਜ਼ਿਆਦਾ ਆ ਰਿਹਾ, ਫਿਰ ਉਦੋਂ ਦੌੜੇ ਜੀ ਸਾਰੇ ਆਪਣਾ ਆਪਣਾ ਸਮਾਨ ਚੁੱਕ ਕੇ ਉਠਾ ਕੇ ਸਿਰ 'ਤੇ, ਅੱਗੋਂ ਕਿਹੜਾ ਪਤਾ ਨਹੀਂ ਆਇਆ ਫਰੀਦ ਖੋਲ੍ਹ ਕੇ ਪਤਾ ਨਹੀਂ ਕਿਹੜਾ, ਉੱਥੇ ਆ ਕੇ ਫਿਰ ਜਾ ਆ ਕੇ ਫਿਰ ਗੱਡੀ ਖੜੀ ਸੀ ਉਸ ਗੱਡੀ 'ਚ, ਉਹ ਚੜ ਗਿਆ ਅੰਬਾਲੇ, ਅੰਬਾਲੇ ਆ ਕੇ ਫਿਰ ਚਲੇ ਗਏ ਜਲੰਧਰ, ਹਾਂ ਜਲੰਧਰ ਚਲੇ ਗਏ, ਦਸ ਬਾਰ੍ਹਾਂ ਦਿਨ ਉੱਥੇ ਰਹੇ ਕਿਸੇ ਜਗ੍ਹਾ 'ਤੇ, ਫਿਰ ਜਿਹੜੇ ਭਾਈ ਬਜ਼ੁਰਗ ਸਨ ਸਾਡੇ 'ਚ ਵੱਡੇ, ਉਹਨਾਂ ਨੇ ਫਿਰ ਇੱਧਰ ਆਉਣਾ ਆ ਕੇ ਢੂੰਢਣਾ ਸ਼ੁਰੂ ਕੀਤਾ ਵੀ ਕੌਣ ਸੀ ਜਗ੍ਹਾ ਜਾ ਕੇ ਰਹੀ ਹੈ, ਇੱਥੇ ਆ ਕੇ ਸੰਘ ਦੇ ਸਵੰਮ ਸੇਵਕਾਂ ਨੂੰ ਮਿਲੇ, ਕਿਉਂਕਿ ਉੱਥੇ ਵੀ ਸੰਘ ਦੇ ਸਵੰਮ ਸੇਵਕਾਂ ਨੇ ਹੀ ਅਧਿਕਾਂਸ਼ ਲੋਕ ਬਚਾਏ, ਫਿਰੋਜ਼ਪੁਰ ਪਾਕਿਸਤਾਨ, ਹਾਂਜੀ ਅਧਿਕਾਂਸ਼ ਲੋਕ ਜਿਹੜੇ ਬਚਾਏ ਨਾ ਉਹ ਇਹਨਾਂ ਨੇ ਬਚਾਏ, ਯਾਨੀ ਇਹਨਾਂ ਨੇ ਅੱਗੇ ਆ ਕੇ ਲੋਕਾਂ ਨੂੰ ਬਚਾਉਣ ਦਾ ਜੋ ਵੀ ਤਰੀਕਾ ਹੋ ਸਕਿਆ, ਜੋ ਵੀ ਉਹਨਾਂ ਵਾਸਤੇ ਅਸਲਾ ਚਾਹੀਦਾ ਕੁਛ ਲੈਣਾ ਦੇਣਾ, ਉਹਨਾਂ ਨੂੰ ਕਹਿ ਕੇ ਉਹਨਾਂ ਕੋਲ ਉਸ ਚੀਜ਼ਾਂ ਇਕੱਠੀਆਂ ਕਰਵਾਈਆਂ ਵੀ ਤੁਹਾਡੇ ਬਚਾਓ ਦਾ ਕੀ ਹੋ ਸਕਦਾ, ਤੋ ਫਿਰ ਇੱਥੇ ਆਏ ਅਤੇ ਇੱਥੇ ਵੀ ਸੰਘ ਦੇ ਲੋਕ ਉਹਨਾਂ ਨੂੰ ਜਾ ਕੇ ਮਿਲੇ ਸੰਘ ਵਾਲਿਆਂ ਨੇ, ਉਹਨਾਂ ਕਹਿ ਕੋਈ ਬਾਤ ਨਹੀਂ ਆਪ ਰਹੋ, ਹਮ ਆਪਕੋ ਜਲਦੀ ਜਲਦੀ ਜਗ੍ਹਾ ਦਿਲਵਾ ਦੇਣਗੇ, ਕੋਈ ਐਸੀ ਗੱਲ ਨਹੀਂ, ਕਿਉਂਕਿ ਮੁਸਲਮਾਨਾਂ ਨੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ, ਸ਼ਾਹਬਾਦ ਵਿੱਚ ਉਸ ਵੇਲੇ ਬੈਠੇ ਸਨ, ਅਸੀਂ ਇੱਕ ਦੇਵੀ ਦਾ ਮੰਦਰ ਹੈ ਉੱਥੇ ਸ਼ਾਹਬਾਦ, ਉੱਥੇ ਰਹੇ ਹਾਂ 15 ਦਿਨ, 15 ਦਿਨ ਤੋਂ ਬਾਅਦ ਸਾਨੂੰ ਫਿਰ ਉਹ ਮਕਾਨ ਮਿਲਿਆ ਕਮੇਟੀ ਬਾਜ਼ਾਰ ਦੇ ਵਿੱਚ ਮੈਂ, ਫਿਰ ਤੁਸੀਂ ਸ਼ਾਹਬਾਦ ਹੀ ਰੁਕ ਗਏ, ਹਾਂ ਫਿਰ ਉੱਥੇ ਹੀ ਰੁਕ ਗਏ, ਬਸ ਉੱਥੇ ਹੀ ਫਿਰ ਲੈ ਕੇ ਆਪਣੇ ਧੱਕੇ ਖਾਣੇ ਸ਼ੁਰੂ ਕਰ ਦਿੱਤੇ, ਸ਼ਾਹਬਾਦ ਫਿਰ ਕੰਮ ਧੰਦਾ ਕਿਵੇਂ ਸੈੱਟ ਕੀਤਾ, ਕੰਮ ਧੰਦਾ ਕਿਆ ਕਰਨਾ ਤੁਸੀਂ ਪਹਿਲੇ ਤੋਂ ਬਤਾ ਰਹੇ ਨਾ, ਕਿਉਂਕਿ ਬਸ ਕਿਸੇ ਕੇ ਗੰਨੇ ਤੋੜ ਲਈਏ ਤਾਂ ਗੰਨੇ ਆ ਕੇ ਇੱਕ ਹੀ ਗੰਨੇ ਕਾ ਵੇਚ ਦੀਏ ਟੇਸ਼ਨ 'ਤੇ ਆ ਕੇ, ਐਸੇ ਐਸੇ ਕੰਮ ਵੀ ਕਰਦੇ ਰਹੇ, ਔਰ ਫਿਰ ਇੱਕ ਡਾਕਟਰ ਥਰਡ ਡਾਕਟਰ ਕੇ ਪਾਸ ਮੈਂ ਜਾ ਕੇ ਕੰਪਿਊਟਰ ਹੀ ਕਰਨੇ ਲੱਗ ਗਿਆ, ਅੱਠਵੀਂ ਕਲਾਸ ਪਾਸ ਆਵੇ ਤੁਸੀਂ, ਹਾਂ ਯਾਨੀ ਡਾਕਟਰ ਕੇ ਪਾਸ ਕੰਪਿਊਟਰ ਕੇ ਲੀਏ ਡਾਕਟਰ ਨੇ ਮੁਝੇ ਰੱਖ ਲਿਆ, ਅਬ 6 ਮਹੀਨੇ ਮੈਂ ਉਸਕੇ ਪਾਸ ਰਹਾ ਜੀ, 10 ਰੁਪਏ ਦੀਏ
महीने के 12 रुपये, 2 महीने 12-12 देता रहा, फिर 15 दिए, फिर 20 दिए, फिर अगले महीने 30 रुपये दिए, ऐसे करके 30 तक मैं पहुंच गया। संघ का सत्याग्रह शुरू हो गया। अच्छा, कौन सा भला? जो महात्मा गांधी के मरने के बाद जो संघ के ऊपर पाबंदी लगी और संघ के गुरु जी को इन्होंने अरेस्ट करके 1818 के एक्ट के तहत अंदर कर दिया। उसमें कोई वो यानी वो क्या कहेंगे, बिना किसी कसूर के भी अंदर कर देते हैं ना, तो उनको छुड़ाने के लिए फिर ये सत्याग्रह शुरू हुआ। अच्छा, उस सत्याग्रह में ही पकड़ा गया मैं। अच्छा, दिल्ली गया तो दिल्ली वहाँ पकड़े गए, तिहाड़ जेल में डाल दिया, 3 महीने रहा वहाँ पे। तो फिर बाहर निकले, फिर आके वो डॉक्टर साहब तो यहाँ से चले गए, बदल के वो यहाँ से कानपुर चले गए। लेकिन वो हमारे पिताजी को कह गए भी अगर उसका मन बने तो उसको मेरे पास भेज देना, आपको ना शादी का फिक्र, ना पढ़ाई का फिक्र, ना रोटी का फिक्र, मैं उसको अपना बच्चा समझ अपने घर रखूँगा। बहुत प्यार हो गया मेरा उनसे, बहुत प्यार हो गया। मैं आज भी याद करता हूँ, कहीं मिल जाए। क्या नाम है? रोशन लाल। पता ही नहीं कितने गए। किस बरादरी से? पंजाब जी, ऐसा दौर तो ही ऐसी। वो इस तो बात तो फिर चले गए, एक बार दिल्ली चले गए कमला नगर में, वहाँ ढूंढते फिर मुझे पता लगा धर्मपुर में, वहाँ पे उन्होंने दुकान कर रखी है धर्मपुरा में दिल्ली चांदनी चौक के पास। फिर मैं ढूंढी जगह उनकी, फिर पहचाना उन्होंने मुझे, नहीं मैंने मुझे पहचाना, बैठ गया, पता लग गया भी यही है, क्योंकि उनकी पहचान थी कि सिर पे वो अंग्रेज़ों वाला वो टोप पहनते थे, पहचान हुई थी। बैठ गया, जब मरीज सारे चले गए तो मैंने कहने लगा कि आपको क्या तकलीफ़ है? मैं कह जी मुझे तकलीफ़ कोई नहीं, मैं तो सिर्फ आपको मिलने के लिए आया हूँ। कहाँ से आया हूँ? मगर जी मैं तो अब तो कुछ क्षेत्र रहता हूँ, पहले शाहबाद था। कहना तेरा नाम हंसराज है? मखान जी कि जो आदर्श मेरे पिताजी चाहते सन, मेरे बच्चे कैसे हों, मैं दूसरे भाइयों की बात नहीं कर रहा, अपनी कर रहा हूँ। उनके स्वभाव में अपने में डालने की कोशिश की। कई स्वभाव उनके बहुत बहुत अच्छे थे। गरीब की मदद करो जी। और घर में रह के ज़्यादा खान पान में नुक्ता चीनी ना करो, इसमें नमक ज़्यादा हो गया, इसमें कच्ची रोटी रह गई, इसमें फलाना हो गया, आज ये सब्ज़ी क्यों नहीं बनी, वो बननी चाहिए थी, यानी वो अपने पास नहीं है जी। जो बन गया खा लो, कच्चा रह गया तो भी ठीक है, पक्का हो गया तो भी ठीक है, और जो मारा है घर में परिवार में कमज़ोर है उसकी मदद करो। ये उनका स्वभाव भी था, क्योंकि उन्होंने भी ऐसा देखा है। उनका एक भाई बहुत कमज़ोर था, उनका हमारा चाचा, उसके लिए वहाँ पाकिस्तान से क्या था कि दुकानें बता रखी थी, भाई ये फलानी दुकान, ये फलानी दुकान, ये फलानी, भाई मेरा भाई आपकी दुकान पर कोई चीज़ लेने के लिए आवे, अपने पैसे नहीं मांगने, बस बस। हमें तो नसीहत उनकी वो याद रहती है कि भाई हम भी उसी तरीके से अपना चलते रहें तो ठीक है, अपने बस और क्या जी। जो आप तो ले लो।